ਸੀ ਅੱਜ ਸੀਐਮ ਸਾਹਿਬ ਬਣ ਕੇ ਸਾਡੇ ਕੋਲ ਆਏ ਔਰ ਅੱਜ ਯੂਨੀਵਰਸਿਟੀ ਦਾ ਆਪਣੇ ਆਪ ਆਪਣੇ ਹੱਥਾਂ ਦੇ ਨਾਲ ਇਹਨਾਂ ਨੇ ਫਾਊਂਡੇਸ਼ਨ ਸਟੋਨ ਰੱਖਿਆ ਆਈ ਔਨ ਦੀ ਬਿਹਾਫ ਆਫ IBM ਤੋਂ ਮਿਸਟਰ ਹਰੀ ਸੁਬਰਾਮਨੀਅਮ ਆਏ ਨੇ ਹੂ ਇਜ਼ ਆਰ ਐਂਕਰ ਪਾਰਟਨਰ ਫਾਰ ਲੈਮਰਿਨ ਟੈਕਸਟਾਈਲ ਯੂਨੀਵਰਸਿਟੀ ਮਿਸਟਰ ਆਨੰਦ ਫਰੋਮ ਟਾਟਾ ਟੈਕਨੋਲੋਜੀ ਮਿਸਟਰ ਰਫੀਕ ਫਰੋਮ ਐਨਸਿਸ ਮਿਸਟਰ ਰਾਇਤ ਨਿਰਮਲ ਸਿੰਘ ਰਾਇਤ ਜਿਨ੍ਹਾਂ ਨੂੰ ਚੰਨੀ ਸਾਹਿਬ ਆਪ ਲੰਡਨ ਤੋਂ ਲੈ ਕੇ ਆਏ ਕਿ ਤੁਸੀਂ ਇੱਥੇ ਆ ਕੇ ਕੋਈ ਯੂਨੀਵਰਸਿਟੀ ਐਸੀ ਬਣਾਓ ਇਹ ਚਾਰਾਂ ਦੇ ਬਿਹਾਫ ਦੇ ਔਨ ਦੀ ਬਿਹਾਫ ਆਫ ਰਿਆਤ ਐਜੂਕੇਸ਼ਨ ਟਰੱਸਟ ਐਨਸਿਸ IBM ਐਂਡ ਟਾਟਾ ਵੀ ਵੈਲਕਮ ਦੀ ਆਨਰੇਬਲ ਚੀਫ ਮਿਨਿਸਟਰ ਆਫ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਪਲੀਜ਼ ਹੈਵ ਅ ਬਿਗ ਰਾਊਂਡ ਆਫ ਅਪਲੌਜ਼ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਜੋ ਫੇਵਰੇਟ ਪ੍ਰੈਜ਼ੀਡੈਂਟ ਲੇਟ ਡਾਕਟਰ APJ ਅਬਦੁਲ ਕਲਾਮ ਨੂੰ ਸਾਰੀ ਦੁਨੀਆ ਪੀਪਲ ਪ੍ਰੈਜ਼ੀਡੈਂਟ ਦੇ ਨਾਮ ਨਾਲ ਜਾਣਦੀ ਹੈ ਔਰ ਮੈਂ ਅੱਜ ਸਰ ਬੱਚਿਆਂ ਦਾ ਜੋ ਉਤਸ਼ਾਹ ਆ ਤੁਹਾਡੇ ਲਈ ਅਸੀਂ ਅੱਜ ਕਹਿਣਾ ਚਾਹਾਂਗੇ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੀਪਲ CM ਦੇ ਨਾਲ ਜਾਣਿਆ ਜਾਏਗਾ ਜੇ ਤੁਸੀਂ ਸਾਰੇ ਐਗਰੀ ਕਰਦੇ ਹੋ ਤਾਂ ਪਲੀਜ਼ ਹੈਵ ਅ ਰਾਊਂਡ ਆਫ ਅਪਲੌਜ਼ ਫਾਰ ਸਰ ਪੀਪਲ ਪ੍ਰੈਜ਼ੀਡੈਂਟ ਔਰ ਪੀਪਲ CM ਸਾਡੇ ਪੰਜਾਬ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਇਹ ਲੈਮਰਿਨ ਟੈਕਸਟਾਈਲ ਯੂਨੀਵਰਸਿਟੀ ਇੰਡੀਆ ਦੇ ਵਿੱਚ 1000 ਯੂਨੀਵਰਸਿਟੀਆਂ ਨੇ ਪਰ ਇਹ ਇੱਕ ਐਸੀ ਯੂਨੀਵਰਸਿਟੀ ਹੈ ਜੋ ਆਪਣੇ ਤਰ੍ਹਾਂ ਦੀ ਨੌਰਥ ਦੇ ਵਿੱਚ ਪਹਿਲੀ ਸਕਿੱਲ ਯੂਨੀਵਰਸਿਟੀ ਹੈ ਐਂਡ ਇੱਕ ਐਸੀ ਯੂਨੀਵਰਸਿਟੀ ਹੈ ਜਿਹੜੀ ਪਹਿਲੀ ਵਾਰ ਕਿਸੇ ਇੰਡਸਟਰੀ ਨੇ ਮਿਲ ਕੇ ਬਣਾਈ ਹੈ ਇੰਡਸਟਰੀ ਪਾਰਟਨਰ ਯੂਨੀਵਰਸਿਟੀਆਂ 'ਚ ਹੁੰਦੀ ਸੀ ਪਰ ਇੱਥੇ ਜੇ ਤੁਸੀਂ ਬੋਰਡ ਦੇਖੋ ਫਾਊਂਡਿੰਗ ਪਾਰਟਨਰਸ IBM ਟਾਟਾ ਐਨਸਿਸ ਐਂਡ ਰਿਆਤ RERT ਹੈ ਚਾਰਾਂ ਨੇ ਮਿਲ ਕੇ ਇਹ ਯੂਨੀਵਰਸਿਟੀ ਬਣਾਈ ਹੈ ਇਹ IBM ਦੀ ਯੂਨੀਵਰਸਿਟੀ ਹੈ ਇਹ ਟਾਟਾ ਦੀ ਯੂਨੀਵਰਸਿਟੀ ਹੈ ਐਨਸਿਸ ਦੀ ਯੂਨੀਵਰਸਿਟੀ ਹੈ ਔਰ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਸਟੇਟ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਆਪਾਂ ਨੂੰ ਇਹ ਮੌਕਾ ਮਿਲਿਆ ਐਸੀ ਯੂਨੀਵਰਸਿਟੀ ਲਿਆਉਣ ਦਾ ਜੋ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੋਟ ਓਨਲੀ ਇਨ ਦੀ ਸਟੇਟ ਲੈਵਲ ਦੇ ਉੱਤੇ ਅੱਗੇ ਜਾਏਗੀ ਪਰ ਨੈਸ਼ਨਲ ਲੈਵਲ 'ਤੇ ਇਹ ਯੂਨੀਵਰਸਿਟੀ ਐਸੇ ਕੰਮ ਕਰੇਗੀ ਐਸੇ ਪ੍ਰੋਗਰਾਮਸ ਲਿਆਏਗੀ ਜਿਹਦੇ ਨਾਲ ਰੀਅਲੀ ਜਿਵੇਂ ਮੈਂ ਪਹਿਲਾਂ ਗੱਲ ਕਹੀ ਕਲਾਸ ਫਾਰ ਮਾਸ ਕਿ ਇੱਕ ਐਸੀ ਯੂਨੀਵਰਸਿਟੀ ਬਣੂੰਗੀ ਜਿਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਬੱਚੇ ਟ੍ਰੇਨ ਹੋ ਕੇ ਸਕਿੱਲ ਹੋ ਕੇ ਜਿਹੜੇ ਨੇ ਆਪਣੀਆਂ ਨੌਕਰੀਆਂ 'ਤੇ ਲੱਗ ਸਕਣ ਇਹ ਇੱਕ ਵਿਜ਼ਨ ਦੇ ਨਾਲ ਇਹ ਯੂਨੀਵਰਸਿਟੀ ਹੈ ਸੈਟਅਪ ਕੀਤੀ ਜਾ ਰਹੀ ਹੈ ਐਂਡ ਵੀ ਆਰ ਵੈਰੀ ਹੈਪੀ ਡੈਟ ਅੱਜ ਸਾਰੀ ਸਟੇਟ ਤੋਂ ਮੈਂ ਚੰਨੀ ਸਾਹਿਬ ਨੂੰ ਇਹ ਵੀ ਦੱਸਣਾ ਚਾਹੁੰਦਾ ਸਰ ਅੱਜ ਤੁਹਾਡੇ ਲਈ ਪੂਰੀ ਸਟੇਟ ਤੋਂ ਬੱਚਾ ਜੋ ਹੈ ਪੰਜਾਬ ਸਟੇਟ ਤੋਂ ਸਾਡੇ ਸਕਿੱਲ ਸੈਂਟਰਾਂ ਤੋਂ ITIs ਤੋਂ ਬੱਚੇ ਅੱਜ ਕਈ ਤਰ੍ਹਾਂ ਦੇ ਪ੍ਰੋਜੈਕਟਸ ਲੈ ਕੇ ਆਏ ਨੇ ਔਰ ਆਪਣੇ ਇੱਕ ਕੰਪੀਟੀਸ਼ਨ ਦੇ ਵਿੱਚ ਵੀ ਇੱਥੇ ਪਾਰਟੀਸਪੇਟ ਕਰ ਰਹੇ ਨੇ ਇਸ ਮੌਕੇ 'ਤੇ ਅਸੀਂ ਇੱਕ ਸਕਿੱਲ ਕਨਕਲੇਵ ਦਾ ਵੀ ਅੱਜ ਸਰ ਉਦਘਾਟਨ ਸਰ ਨੇ ਆਉਣ ਨਾਲ ਇੱਕ ਉਦਘਾਟਨ ਹੋਇਆ ਹੈ ਸਕਿੱਲ ਕਨਕਲੇਵ ਇੱਕ ਬੰਦ ਜਿਹਦੇ ਵਿੱਚ ਇੰਡਸਟਰੀ ਕੀ ਚਾਹੁੰਦੀ ਹੈ ਅਕੈਡਮੀਆਂ ਕੀ ਕਰ ਰਿਹਾ ਉਹ ਵੀ ਅੱਜ ਟੈਕਨੀਕਲ ਸੈਸ਼ਨ 1 ਅਤੇ ਟੈਕਨੀਕਲ ਸੈਸ਼ਨ 2 ਹੋਣਗੇ ਆਲਸੋ ਜਿਹੜੇ ਬੱਚੇ ਬਾਹਰੋਂ ਆਏ ਨੇ ਇਹਦੇ ਵਿੱਚ IBM ਵੱਲੋਂ ਇੱਕ ਸਪੈਸ਼ਲ ਪ੍ਰੋਜੈਕਟ ਡਿਸਪਲੇ ਕੰਪੀਟੀਸ਼ਨ ਐਂਡ ਪੋਸਟਰ ਮੇਕਿੰਗ ਕੰਪੀਟੀਸ਼ਨ ਕੀਤਾ ਜਾ ਰਿਹਾ ਹੈ ਅੱਜ ਉਹਦਾ ਉਦਘਾਟਨ ਵੀ CM ਸਾਹਿਬ ਨੇ ਕੀਤਾ ਹੈ ਸੋ ਵਿਦ ਦੀਜ਼ ਵਰਡਸ ਔਨ ਦੀ ਬਿਹਾਫ ਆਫ ਜਿੰਨੇ ਵੀ ਬੱਚੇ ਇੱਥੇ ਬੈਠੇ ਨੇ ਜੋ ਯੂਥ ਸਾਡਾ ਬੈਠਾ ਹੈ ਜੋ ਸਾਡੇ ਇੰਡਸਟਰੀ ਪਾਰਟਨਰਸ ਬੈਠੇ ਨੇ ਮੈਂ ਤੁਹਾਡਾ ਸਾਰਿਆਂ ਵੱਲੋਂ CM ਸਾਹਿਬ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਵੈਲਕਮ ਕਰਦਾ ਹੈ ਔਰ ਔਨ ਦੀ ਬਿਹਾਫ ਆਫ ਦੀ ਫਾਊਂਡਰ ਪਾਰਟਨਰਸ ਅਸੀਂ ਤੁਹਾਡਾ ਸਾਰਿਆਂ ਦਾ ਜਿਹੜੇ ਬੱਚੇ ਬਾਹਰੋਂ ਆਏ ਨੇ ਸਾਡੇ ਟ੍ਰੇਨਿੰਗ ਪਾਰਟਨਰਸ ਇੰਡਸਟਰੀ ਪਾਰਟਨਰਸ ਬਾਹਰੋਂ ਆਏ ਨੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਸਵਾਗਤ ਆਪਾਂ ਮਿਲ ਕੇ ਇੱਕ ਐਸੀ ਯੂਨੀਵਰਸਿਟੀ ਬਣਾਉਣੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸੀ ਇੱਕ ਪ੍ਰੋਗਰਾਮ ਐਸੇ ਲੈ ਕੇ ਆਵੇ ਕਿ ਸਾਡਾ ਯੂਥ ਜਿਹੜਾ ਆ ਉਹ ਨੋਟ ਓਨਲੀ ਇਨ ਪੰਜਾਬ ਨੋਟ ਓਨਲੀ ਇਨ ਇੰਡੀਆ ਈਵਨ ਬਾਹਰ ਵੀ ਜਾਣਾ ਚਾਹੁੰਦਾ ਆ ਉਸ ਤਰ੍ਹਾਂ ਦੀਆਂ ਸਕਿੱਲਸ ਲੈ ਕੇ ਉਹ ਕਿਤੇ ਵੀ ਜਾ ਕੇ ਇੰਪਲੋਇਬਲ ਹੋ ਸਕੇ ਵਿਦ ਦੀਜ਼ ਵਰਡਸ ਆਈ ਅਗੇਨ ਵੈਲਕਮ ਆਰ ਓਨਰੇਬਲ ਚੀਫ ਗੈਸਟ ਔਨ ਦੀ ਡਾਇਸ ਆਰ MLA ਫਰੋਮ ਦੀ ਬਲਾਚੌਰ ਵੀ ਵੈਲਕਮ MLA ਬਲਾਚੌਰ ਆਲਸੋ ਐਂਡ ਆਲ ਆਰ ਪਾਰਟਨਰ SSP ਆਫ ਨਵਾਂਸ਼ਹਿਰ DC ਐਵਰੀਬਡੀ ਹੂ ਇਜ਼ ਦੇਅਰ ਵੈਲਕਮ ਯੂ ਆਲ ਫਾਰ ਦਿਸ ਇਨਾਗੁਰਲ ਸੈਰੇਮਨੀ ਐਂਡ ਥੈਂਕ ਯੂ ਵੈਰੀ ਮੱਚ ਆਲ ਆਫ ਯੂ ਇੱਕ IBM ਹੈਜ ਬੀਨ ਅ ਗਲੋਬਲ ਲੀਡਰ ਵਰਲਡ ਵਾਈਡ ਹਮਾਰਾ ਜੋ ਹੈ ਤਜੁਰਬਾ ਰਹਾ ਹੈ ਐਜੂਕੇਸ਼ਨ ਇੰਡਸਟਰੀ ਕੇ ਸਾਥ ਓਵਰ 80 ਈਅਰਸ ਬਟ ਇਹ ਜੋ ਇਨੀਸ਼ੀਏਟਿਵ ਹਮਾਰਾ ਪਾਰਟਨਰਸ਼ਿਪ ਲੈਮਰਿਨ ਸਕਿੱਲਸ ਟੈਕਨੋਲੋਜੀ ਯੂਨੀਵਰਸਿਟੀ ਕੇ ਸਾਥ ਹੋ ਰਹਾ ਹੈ ਵੋ ਇੱਕ ਬਹੁਤ ਹੀ ਯੂਨੀਕ ਪਾਰਟਨਰਸ਼ਿਪ ਹੈ ਐਸਾ ਕਹੀਂ ਐਸਾ ਕੋਈ ਪਾਰਟਨਰਸ਼ਿਪ ਨਹੀਂ ਹੋਇਆ IBM ਕਾ ਜੋ ਹਮ ਲੋਕ ਅਭੀ ਉਤਰੇ ਹੈ ਔਰ ਇਹ ਇਟਸ ਲਾਈਕ ਐਸ ਡਾਕਟਰ ਕੌਰਾ ਵਾਸ ਮੈਂਸ਼ਨਿੰਗ ਇਟਸ ਅ ਪਾਰਟਨਰਸ਼ਿਪ ਵੇਅਰ ਹਮ ਲੋਕ ਮਿਲ ਕੇ ਇਸ ਯੂਨੀਵਰਸਿਟੀ ਕੋ ਸਕਸੈਸ ਕਰਨੇ ਵਾਲੇ ਹੈ
और द मोस्ट इम्पॉर्टेंट फैक्टर जहाँ तक मेरा तजुर्बा रहा है पंजाब और पंजाबियों के साथ, वो हमेशा रहा है कि वी हैव बीन गिविंग टू द वर्ल्ड. वी हैव ऑलवेज बीन नोन एज अ गिवर टू द वर्ल्ड. ओके, पंजाब इज नोन एज अ फूड बॉल ऑफ इंडिया. ओके, आई थिंक नाउ अ टाइम हैज कम विद दिस ब्यूटिफुल इनिशिएटिव. आई थिंक वी शुड नाउ क्रिएट, पंजाब शुड बिकम अ स्किल्ड रिसोर्स बॉल ऑफ द वर्ल्ड. ओके, यहाँ से जो रिसोर्सेस निकलेंगे वो पूरी दुनिया में छा जाएंगे, बिकॉज ऐसे स्किल्स की बहुत ज़्यादा ज़रूरत है. देखिए, इंडिया में बहुत सारी यूनिवर्सिटीज़ हैं जो रेगुलर एजुकेशन प्रोवाइड करती हैं, जिसकी बहुत ज़रूरत है. बट अगर आप इंडस्ट्री से अगर आप बात करोगे, तो हमें नॉट ओनली नॉलेज की ज़रूरत है, बट एक स्किल्ड नॉलेज की ज़रूरत है, जिसमें हैंड्स ऑन एक्सपीरियंस होता है बच्चों का जो ग्रेजुएट होकर निकलते हैं. अनलेस दैट हैंड्स ऑन एक्सपीरियंस रहेगा उनके पास और वो स्पेसिफिक टेक्नोलॉजी नॉलेज नहीं रहेगी, वो रिसोर्सेज उतनी यूटिलाइज नहीं हो पाती हैं इंडस्ट्री में. तो उसकी काफ़ी ज़रूरत है. और ये जो इनिशिएटिव है, ये जो यूनिवर्सिटी बन रही है, इसका जो इसकी जो बच्चे निकलेंगे यहाँ से, उनकी तो जो जो स्किल्स होंगी वो इतनी रिक्वायरमेंट को फुलफिल करेंगे इंडस्ट्री की तरफ से, नॉट ओनली इन इंडिया, आई एम टॉकिंग अबाउट फ्रॉम द एंटायर ग्लोबल पर्स्पेक्टिव. ये टेक्नोलॉजी की बहुत ज़्यादा ज़रूरत है इंडस्ट्री में. इनफैक्ट विद दिस पार्टनरशिप इमीडिएटली वी आर लॉन्चिंग टू स्पेसिफिक सर्टिफिकेट प्रोग्राम्स जो इमीडिएटली ऑफर हो रही है बच्चों के लिए, जो और आपको इमीडिएट स्किल प्रोवाइड करेंगी और यू विल बिकम एन एम्प्लॉयबल रिसोर्स फ्रॉम दिस कैंपस. विथ ऑल दैट आई एम रियली ईगरली लुकिंग फॉरवर्ड टू द एंटायर IBM इज लुकिंग फॉरवर्ड टू दिस पार्टनरशिप. वी आर ऑल हियर एज टुगेदर इन दिस इनिशिएटिव एंड वी विल मेक इट अ सक्सेस. थैंक यू सो मच. ऑल द वेरी बेस्ट टू ईच वन ऑफ यू. जेन्युइनली गवर्नमेंट और मिनिस्टर्स ने बहुत ही यंगस्टर्स के लिए, फ्यूचर ऑफ पंजाब के लिए या फ्यूचर ऑफ स्टेट के लिए, कोई अगर मैंने एक्सपीरियंस देखा हो मेरी IT टेक्नोलॉजी इंडस्ट्री में, ये फर्स्ट है. और मैं आपको एक छोटा सा मैनेजमेंट लेसन मैं आपको दे रहा हूँ क्विकली, दो मिनट के अंदर, जो ये लीडरशिप टीम ने आपकी की है. एक साइमन हैक करके बहुत फेमस ऑथर है, मैनेजमेंट ऑथर है, टेड पेन का फेमस टॉक है, वाई वॉट एंड हाउ. हम कोई भी चीज करते हैं तो हमारे को क्या करना है और कैसे करना है वो हम जल्दी से कर लेते हैं, लेकिन हमें क्यों करना है, उसका विजन क्या है, काय के लिए करना है, लॉन्ग टर्म सक्सेस के लिए, वो बहुत ही इंपॉर्टेंट होता है. और ये विजन, वाई का विजन हमें चन्नी साहब से मिला था, और कौरा साहब ने और राया साहब ने कैसे करेंगे और किसको अमल करेंगे वो हम अब देख रहे हैं. सो ये इट्स अ वेरी यूनिक अपॉर्चुनिटी वेयर ऑल दीज थ्री थिंग्स के हम क्यों कर रहे हैं और क्या कर रहे हैं और कैसे करेंगे. सो कौरा साहब ने बहुत अच्छी तरह से एक्सप्लेन किया है कि ये क्या करेंगे हम यहाँ पे, ये क्यों स्किल यूनिवर्सिटी बनाना चाहते. हरीश साहब ने भी अच्छा एक्सप्लेन किया है. और हम एनसिस से हम डिस्ट्रप्टिव टेक्नोलॉजी में काम करते हैं, जैसे रॉकेट है, मिसाइल्स है, मोबाइल है, ये आपके कार्स है, फोन्स है. तो हमारे डिस्ट्रप्टिव टेक्नोलॉजी के विजन के हिसाब से हम यहाँ पे सबसे टॉप क्लास डिस्ट्रप्टिव टेक्नोलॉजी का सेंटर हम IBM और टाटा के साथ करेंगे, रायत के साथ. वो उसमें है इलेक्ट्रिफिकेशन, अनमैन व्हीकल और ड्रोन्स, एडवांस मैन्युफैक्चरिंग, 5G और क्लाउड, HPC क्लाउड कंप्यूटिंग. सो आई थिंक ये जो एक यूनिक विजन है वाई हाउ एंड वॉट का, ये हम इंडस्ट्री और गवर्नमेंट और रायत इंस्टीट्यूट ये सब साथ में मिलकर करेंगे. और हमें फुल कॉन्फिडेंस है कि आप ये यूनिवर्सिटी को सपोर्ट करेंगे और इसको वन ऑफ द प्राइड ऑफ नॉट ओनली पंजाब बट प्राइड ऑफ इंडिया बनाएंगे. थैंक यू वेरी मच. ऑनरेबल चीफ मिनिस्टर जी, कौरा जी, थैंक यू सो मच फॉर दिस इवेंट. बिफोर आई टॉक अबाउट द इवेंट टुडे, आई जस्ट वांटेड टू टेक फ्यू मिनट्स अबाउट टाटा टेक्नोलॉजीज. इज अ वेरी यूनिक कंपनी. आपने टाटा का नाम तो बहुत सुना होगा, बट टाटा टेक्नोलॉजीज एक ऐसा हिडन जेम है टाटा ग्रुप में, विच हैज अ वेरी सिंपल विजन टू इंजीनियर अ बेटर वर्ल्ड. सो वी are a very unique team of professionals in the nation. Today, it gives me immense pleasure, in last 25 years of existence, humne hamesha dekha hai ki industry aur academia dono alag-alag track pe chalte hai, and often they operate in isolation. So when we started this company 25 years ago, Mr. Ratan Tata, who was the founder chairman that time, said, try to focus on few things, and we wanted to reduce this industry-academia gap.
टू गिव यू एन एग्जाम्पल, आज जो वी आर द मोबिलिटी स्पेस में जो ट्रांसफॉर्मेशन हो रहा है, वी आर रैपिडली मूविंग टू इलेक्ट्रिक व्हीकल्स अराउंड द वर्ल्ड, एंड दैट काइंड ऑफ सिलेबस, दैट काइंड ऑफ नॉलेज इज स्टिल नॉट टॉट इन कॉलेजेस. सो वी रियलाइज दैट दिस गैप इज वाइडनिंग वेरी एट अ वेरी रैपिड स्पेस एवरी डे. So we thought that what if we could get the industry to the campus, and with this initiative of LTSU, we are doing that. Essentially, we are bringing the curriculum change, we are getting the infrastructure here in place. So essentially, people when they pass out, before they even pass out and graduate from the university, they would have the same set of infrastructure that we use in the industry. As Rafiq was mentioned, I think, and Hari mentioned as well, we take a lot of time to train fresh graduates once they come to industry. When students are passing out, they are not passing out as students, but they are passing out as professionals. So that is something which is very unique, and I think this is one of the a bold approach to skilling and demand-driven education. And this is something that I'm very happy LTSU has taken a great step in that direction. I have been with Tatas for 25 years, and we all know Tatas have the ethos of giving back to the society, making an impact to the world. And Tata is known for that, and 25 years is a long time for me to imbibe those values in me. But today is the proof point of one of these initiatives where I'm very happy that that kind of ethos is taken forward with a partner like LTSU. And we really look forward to do a fantastic job in the EV space going ahead with LTSU. With that, I want to congratulate LTSU. This is a very big day for Tata Technologies and LTSU us together for taking this bold step, and we will make it successful together. Thank you so much. Tech Skill University de udghatan samaroh de vich Sardar Nirmal Singh Riyad ji, Sandeep Kaura ji, MLA sahab Balachaur to Hari Rama Subramaniam ji IBM to NCS to Rafiq Sumani ji, Tata Tech to आनंद बड़े जी, सरदार अमरजीत सिंह जी, टीचर साहबान, मेरे सामने बैठे विद्यार्थियों, आज बड़ा खुशी का मुकाम है कि पंजाब दे विच एक बहुत ही महत्वपूर्ण एक बड़ी इंडस्ट्री दे नाल मिलके IBM टाटा एनसिस जड़ियां दुनिया दिया बहुत बड़ियां कंपनी है उना दे नाल मिलके पंजाब दे विच एक स्किल यूनिवर्सिटी टेक दे नाल संबंधित यूनिवर्सिटी ते मल्टी स्पेशलिटी यूनिवर्सिटी आज पंजाब दे विच आ रही. मैनू इस दा उद्घाटन करदे हुए माण महसूस हो रही है. मैं पिछली बार जदों टेक्निकल एजुकेशन मिनिस्टर सी उदों इस दी सोच बनी सी. मैं यूके च गया, निर्मल सिंह रियाज जी मिले. पहले इन्होंने रियात एंड बारा इंस्टीट्यूट जिहड़ा खरड़ दे विच है वो खोलिया होया सी. ये भी पॉलिटेक्निक कॉलेज चलता सी, 94 एकड़ जगह है इत्थे. तां एक दिन बैठे बैठे असीं इह सलाह कीती कि इस नूं भी यूनिवर्सिटी बनाया जावे. पंजाब दे विच सब तो बड़ी जरूरत यह है कि जो मल्टीनेशनल कंपनीज़ नूं चाहिदा है, जो इंडस्ट्री दी जिस तरह दा स्टाफ दी जरूरत है, जिस तरह दी इंप्लॉयमेंट उन्हां नूं चाहिदी है, उस तरह दी पढ़ाई नहीं हो रही. साड़ी जिहड़ी पढ़ाई हो रही है उहदे नाल रुजगार मुहैया कराने दे विच दिक्कत आ रही है. मैं पिछे रोजगार मेले लगाए, बाहरों भी कंपनियां बुलाईयां, बहुत इंडस्ट्री आई, लेकिन उन्हें निराश होना पिया कि वो स्टाफ नहीं है जो उन्हें चाहिए, वो स्किल बच्चों को नहीं है जो मल्टीनेशनल कंपनीज बाहरले देशों दे विच और अपने देश दे विच इंडस्ट्री नूं चाहिए. इस करके ये जिहड़ी यूनिवर्सिटी बनी है
ਇਹਦੇ ਵਿੱਚ ਉਹ ਚੀਜ਼ ਤਿਆਰ ਕੀਤੀ ਜਾਣੀ ਹੈ ਜਿਹਦੇ ਨਾਲ ਨੌਜਵਾਨ ਨੂੰ ਇੱਥੋਂ ਪੜ੍ਹ ਕੇ ਨਾਲ ਦੀ ਨਾਲ ਨੌਕਰੀ ਮਿਲੇ, ਜਿਹਦੇ ਨਾਲ ਇੰਪਲਾਈਮੈਂਟ ਜਨਰੇਟ ਹੋਵੇ, ਨੌਜਵਾਨ ਦੇ ਵਿੱਚ ਉਹ ਹੁਨਰ ਹੋਵੇ ਜਿਹੜਾ ਕਿ ਅੱਜ ਦੀ ਇੰਡਸਟਰੀ ਨੂੰ ਚਾਹੀਦਾ ਹੈ, ਅੱਜ ਦੀ ਮਲਟੀਨੈਸ਼ਨਲ ਕੰਪਨੀਜ਼ ਨੂੰ ਚਾਹੀਦਾ। ਇਸ ਕਰਕੇ ਇਹ ਲੈਮਰਨ ਨਾਮ 'ਤੇ ਟੈਕ ਸਕਿੱਲ ਯੂਨੀਵਰਸਿਟੀ ਬਣਾਈ ਜਾ ਰਹੀ ਹੈ, ਬਣ ਗਈ ਹੈ, ਅੱਜ ਉਹਦਾ ਉਦਘਾਟਨ ਹੋ ਰਿਹਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਇੱਕ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਆ ਰਿਹਾ। ਇਹਦੀ ਮਹਾਨਤਾ ਇਹ ਵੀ ਹੋ ਗਈ ਹੈ ਕਿ ਜਿਹੜੀਆਂ ਇੱਕ ਕੰਪਨੀ ਹੈ ਟਾਟਾ ਹੈ, IBM ਹੈ, NCS ਹੈ, ਇਹ ਇਹਨਾਂ ਦੇ ਨਾਲ ਮਿਲ ਕੇ ਯੂਨੀਵਰਸਿਟੀ ਦੇ ਵਿੱਚ ਕੰਮ ਕਰਨਗੀਆਂ ਅਤੇ ਇੱਥੇ ਜਿਹੜੇ ਬੱਚੇ ਤਿਆਰ ਹੋਣਗੇ ਇਹ ਕੰਪਨੀਆਂ ਵੀ ਉਹਨਾਂ ਬੱਚਿਆਂ ਨੂੰ ਆਪਣੇ ਵਿੱਚ ਵੀ ਲੈਣਗੀਆਂ। ਬਹੁਤ ਬੜਾ ਇਹਨਾਂ ਪਾਸ ਟੈਕਨੋਲੋਜੀ ਹੈ, ਬਹੁਤ ਬੜੀ ਇਹਨਾਂ ਪਾਸ ਟੈਕਨੀਕ ਦੇ ਨਾਲ ਨਾਲ ਇਹਨਾਂ ਪਾਸ ਬਹੁਤ ਬੜਾ ਸਿਸਟਮ ਹੈ, ਇਨਫਰਾਸਟ੍ਰਕਚਰ ਹੈ। ਟਾਟਾ CSR 'ਚੋਂ ਹੀ ਹਜ਼ਾਰਾਂ ਕਰੋੜ ਰੁਪਈਆ ਲਗਾਉਂਦਾ ਹੈ, IBM ਲਗਾਉਂਦਾ, NCS ਲਗਾਉਂਦਾ ਹੈ। ਇਸ ਕਰਕੇ ਇਸ ਯੂਨੀਵਰਸਿਟੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਨੀਆ ਦੀ ਇੱਕ ਬਹੁਤ ਬੜੀ ਯੂਨੀਵਰਸਿਟੀ ਬਣਨਾ ਹੈ। ਜਿਹੜੇ ਤੁਸੀਂ ਸਟੂਡੈਂਟ ਇੱਥੇ ਪੜ੍ਹ ਰਹੇ ਹੋ, ਤੁਹਾਨੂੰ ਮਾਣ ਹੋਇਆ ਕਰੇਗਾ ਕਿ ਤੁਸੀਂ ਲੈਮਰਨ ਯੂਨੀਵਰਸਿਟੀ 'ਚ ਪੜ੍ਹ ਕੇ ਆਏ ਹੋ। ਸੋ ਮੈਂ ਸਰਦਾਰ ਨਿਰਮਲ ਸਿੰਘ ਰਿਆਤ ਜੀ ਨੂੰ, ਸੰਦੀਪ ਕੌਰਾ ਜੀ ਨੂੰ, IBM ਨੂੰ, NCS ਨੂੰ, ਟਾਟਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਸਰਕਾਰ ਅੱਜ ਇੱਕ ਅੱਛਾ ਇੰਸਟੀਚਿਊਟ ਪੰਜਾਬ ਦੇ ਵਿੱਚ ਲੈ ਕੇ ਆਈ ਹੈ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨੌਜਵਾਨ ਨੂੰ ਅੱਛੀ ਸੇਧ ਦੇਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਜੈ ਹਿੰਦ।